ਸਾਲ 2024 ਦਾ ਨਵਾਂ ਵਰ੍ਹਾ ਕਾਫ਼ੀ ਡਰਾਉਣ ਵਾਲਾ ਸਾਬਤ ਹੋ ਸਕਦਾ ਹੈ, ਕਿਉਂਕਿ ਭਵਿੱਖਬਾਣੀਆਂ ਕਰਨ ਵਾਲੇ ਕਈ ਮਸ਼ਹੂਰ ਸੰਤਾਂ ਵੱਲੋਂ ਸਾਲਾਂ ਪਹਿਲਾਂ ਹੀ ਕੀਤੀਆਂ ਗਈਆਂ 2024 ਲਈ ਭਵਿੱਖਬਾਣੀਆਂ ਮੁਤਾਬਕ ਇਸ ਸਾਲ ਸਭ ਕੁਛ ਤਹਿਸ ਨਹਿਸ ਹੋ ਕੇ ਹੋਣਾ ਸ਼ੁਰੂ ਹੋ ਜਾਵੇਗਾ। ਮਸ਼ਹੂਰ ਫਰਾਂਸੀਸੀ ਸੰਤ ਮਾਈਕਲ ਡੀ ਨਾਸਤ੍ਰੇਦਮਸ ਯਾਨੀ ਕਿ ਨਾਸਤ੍ਰੇਦਮਸ ਇਸ ਦੀ ਗੱਲ ਕਰ ਲਈਏ, ਜਾਂ ਫਿਰ ਜਰਮਨੀ ਦੇ ਬਾਬਾ ਵੇਂਗਾ ਅਤੇ ਭਾਰਤੀ ਸੰਤ ਅਚੁੱਤਿਆਨੰਦ ਦਾਸ ਦੀ, ਇਹਨਾਂ ਵੱਲੋਂ ਸਾਲ 2024 ਲਈ ਕੀਤੀਆਂ ਗਈਆਂ ਭਵਿੱਖਬਾਣੀਆਂ ਸਭ ਤੋਂ ਜ਼ਿਆਦਾ ਚਿੰਤਾ ਵਧਾਉਣ ਵਾਲੀਆਂ ਨੇ। ਆਓ ਇਸ ਦੇ ਨਾਲ ਹੀ ਪਹਿਲਾਂ ਨਜ਼ਰ ਮਾਰਦੇ ਹਾਂ ਇਹਨਾਂ ਵੱਲੋਂ ਕੀਤੀ ਗਈਆਂ ਭਵਿੱਖਬਾਣੀਆਂ ਬਾਰੇ, ਯਾਨੀ ਕਿ ਪੂਰੀ ਦੁਨੀਆ 'ਚ 2024 ਦੌਰਾਨ ਹੋਣ ਵਾਲੀਆਂ ਘਟਨਾਵਾਂ ਬਾਰੇ। ਸਾਲ 2024 ਦੇ ਵਿੱਚ ਇੱਕ ਵਿਸ਼ਾਲ ਧੂਮਕੇਤੂ ਧਰਤੀ ਦੇ ਸਭ ਤੋਂ ਨੇੜੇ ਆਵੇਗਾ। ਇਸ ਸਾਲ ਦੌਰਾਨ ਭਿਆਨਕ ਹੜ੍ਹ ਆਉਣਗੇ ਜੋ ਦੁਨੀਆ ਭਰ ਵਿੱਚ ਤਬਾਹੀ ਮਚਾ ਦੇਣਗੇ। ਹੁਣ ਤੱਕ ਦਾ ਸਭ ਤੋਂ ਵੱਡਾ ਭੂਚਾਲ ਸਾਲ 2024 ਦੇ ਵਿੱਚ ਆਉਣ ਵਾਲਾ ਹੈ। ਸਾਲ 2024 ਦੇ ਵਿੱਚ ਕੁਝ ਦੇਸ਼ਾਂ 'ਚ ਘਰੇਲੂ ਯੁੱਧ ਅਤੇ ਬਗਾਵਤ ਹੋ ਸਕਦੀ ਹੈ। ਇਹ ਤੋਂ ਹੀ 2024 ਦੀਆਂ ਮੁੱਖ ਭਵਿੱਖਬਾਣੀਆਂ ਬਾਰੇ, ਬਸ ਦੇ ਨਾਲ ਗੱਲ ਕਰ ਲੈਣੇ ਬਾਬਾ ਵੇਂਗਾ ਦੀ ਭਵਿੱਖਬਾਣੀ ਦੀ। ਸਾਲ 2024 ਬਾਰੇ ਬਾਬਾ ਵੇਂਗਾ ਦਾ ਕਹਿਣਾ ਹੈ ਕਿ ਬਹੁਤ ਜਲਦੀ ਚੀਨ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਜਾਵੇਗਾ। ਇਸ ਬਦਲਾਅ ਨਾਲ ਸਾਲ 2024 ਦੇ ਵਿੱਚ ਧਰਤੀ ਦੇ ਮੌਸਮ ਉੱਤੇ ਮਾੜਾ ਅਸਰ ਪਵੇਗਾ, ਜਿਸ ਕਾਰਨ ਪਾਰਾ ਪੂਰੀ ਤਰ੍ਹਾਂ ਨਾਲ ਵਿਗੜ ਜਾਵੇਗਾ, ਯਾਨੀ ਕਿ ਗਰਮੀ ਬਹੁਤ ਵੱਧ ਜਾਵੇਗੀ। ਠੰਡੀਆਂ ਥਾਵਾਂ ਗਰਮ ਹੋ ਸਕਦੀਆਂ ਨੇ ਅਤੇ ਗਰਮ ਥਾਵਾਂ ਠੰਡੀਆਂ ਹੋ ਜਾਣਗੀਆਂ। ਆਉਣ ਵਾਲੇ ਸਾਲ 2024 ਦੇ ਵਿੱਚ ਗਲੇਸ਼ੀਅਰ ਪਿਘਲਣੇ ਸ਼ੁਰੂ ਹੋ ਜਾਣਗੇ, ਇਸ ਕਾਰਨ ਸਮੁੰਦਰ ਕੰਢੇ ਵਸੇ ਸ਼ਹਿਰ ਪਾਣੀ ਦੇ ਵਿੱਚ ਡੁੱਬ ਸਕਦੇ ਨੇ। ਹੁਣ ਗੱਲ ਕਰ ਲੈਂਦੇ ਨਾਸਤ੍ਰੇਦਮਸ ਵੱਲੋਂ ਕੀਤੀਆਂ ਗਈਆਂ ਭਵਿੱਖਬਾਣੀਆਂ ਬਾਰੇ। ਨਾਸਤ੍ਰੇਦਮਸ ਦੀ ਭਵਿੱਖਬਾਣੀ ਮੁਤਾਬਕ 2020 ਅਤੇ 2025 ਦਰਮਿਆਨ ਕੁਛ ਵੱਡਾ ਵਾਪਰੇਗਾ। ਸਾਲ 2025 ਤੱਕ ਇਹ ਸਾਰਾ ਸੰਸਾਰ ਇੱਕ ਵਿਸ਼ਵ ਯਾਨੀ ਕਿ ਇੱਕ ਧਰਤੀ ਬਣ ਜਾਵੇਗਾ, ਭਾਵ ਮਨੁੱਖੀ ਸਭਿਅਤਾ ਪੂਰੀ ਤਰ੍ਹਾਂ ਇੱਕ ਸ਼ਕਤੀ ਦੇ ਅਧੀਨ ਆ ਜਾਵੇਗੀ। ਸਾਲ 2024 ਦੇ ਵਿੱਚ ਭਾਰਤ ਵਿੱਚ ਕਈ ਅਜਿਹੀਆਂ ਚੀਜ਼ਾਂ ਦੀ ਖੋਜ ਹੋਵੇਗੀ ਜੋ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹੋਣਗੀਆਂ। ਇਸ ਨਾਲ ਇਨਸਾਨ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਚੀਜ਼ਾਂ ਬਾਰੇ ਪਹਿਲਾਂ ਤੋਂ ਹੀ ਪਤਾ ਲੱਗ ਜਾਵੇਗਾ। ਰਹੱਸਮਈ ਲੋਕ ਭਾਰਤ ਆਉਣਗੇ। ਕਿਹਾ ਜਾ ਰਿਹਾ ਹੈ ਕਿ ਹਿਮਾਲਿਆ ਵਿੱਚ ਤਪੱਸਿਆ ਕਰਨ ਵਾਲੇ ਅਜਿਹੇ ਸੰਤ ਭਾਰਤ ਆਉਣਗੇ ਜੋ ਚਮਤਕਾਰੀ ਅਤੇ ਰਹੱਸਮਈ ਹਨ। ਇਹ ਲੋਕ ਹਜ਼ਾਰਾਂ ਸਾਲ ਤੋਂ ਜਿਉਂਦੇ ਨੇ। ਅਮਰੀਕਾ 'ਚ ਗ੍ਰਹਿ ਯੁੱਧ ਛਿੜ ਜਾਵੇਗਾ। ਨਾਸਤ੍ਰੇਦਮਸ ਆਪਣੀ ਭਵਿੱਖਬਾਣੀ ਵਿੱਚ ਜੰਗ ਅਤੇ ਸਮੁੰਦਰੀ ਫੌਜੀ ਜੰਗ ਬਾਰੇ ਗੱਲ ਕਰਦਾ ਹੈ। ਉਸਨੇ ਕਿਹਾ ਕਿ ਲਾਲ ਦੁਸ਼ਮਣ ਡਰ ਨਾਲ ਪੀਲਾ ਪੈ ਜਾਵੇਗਾ, ਮਹਾਂਸਾਗਰ ਵਿੱਚ ਡਰ ਹੋਵੇਗਾ। ਬਹੁਤ ਸਾਰੇ ਲੋਕ ਲਾਲ ਦੁਸ਼ਮਣ ਨੂੰ ਕਮਿਊਨਿਸਟ ਚੀਨ ਮੰਨਦੇ ਨੇ। ਚੀਨ ਕੋਲ ਵੱਡੀ ਸਮੁੰਦਰੀ ਫੌਜ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਲੜਾਈ ਸਮੁੰਦਰ 'ਚ ਹੋ ਸਕਦੀ ਹੈ। ਨਾਸਤ੍ਰੇਦਮਸ ਨੇ ਲਿਖਿਆ ਕਿ ਦੀਪਾਂ ਦੇ ਰਾਜੇ ਨੂੰ ਜ਼ਬਰਦਸਤੀ ਬਾਹਰ ਕੱਢਿਆ ਜਾਵੇਗਾ। ਉਹਨਾਂ ਨੇ ਇਸ ਬਿਆਨ ਨੂੰ ਬ੍ਰਿਟੇਨ ਦੇ ਰਾਜਾ ਚਾਰਲਸ ਦੇ ਨਾਲ ਜੋੜਿਆ ਜਾ ਰਿਹਾ ਹੈ। ਬ੍ਰਿਟਿਸ਼ ਲੇਖਕ ਅਤੇ ਨਾਸਤ੍ਰੇਦਮਸ ਟਿੱਪਣੀਕਾਰਾਂ ਮੁਤਾਬਕ ਚਾਰਲਸ ਦੇ ਨਾਲ ਆਪਣੇ ਅਤੇ ਆਪਣੀ ਦੂਜੀ ਪਤਨੀ ਉੱਤੇ ਹਮਲਿਆਂ ਦੇ ਡਰ ਤੋਂ ਅਹੁਦਾ ਤਿਆਗ ਦੇਵੇਗਾ। ਪ੍ਰਿੰਸ ਹੈਰੀ ਨੂੰ ਉਹਨਾਂ ਦੀ ਥਾਂ ਦੇ ਉੱਤੇ ਬ੍ਰਿਟੇਨ ਦਾ ਸਿੰਘਾਸਨ ਦਿੱਤਾ ਜਾ ਸਕਦਾ ਹੈ। ਪੋਪ ਫ੍ਰਾਂਸਿਸ ਦੀ ਉਮਰ 86 ਸਾਲ ਹੋ ਚੁੱਕੀ ਹੈ ਅਤੇ ਉਹ ਕਈ ਸਿਹਤ ਸਮੱਸਿਆ ਵਿੱਚੋਂ ਲੰਘ ਚੁੱਕੇ ਨੇ। ਨਾਸਤ੍ਰੇਦਮਸ ਦੀ ਭਵਿੱਖਬਾਣੀ ਮੁਤਾਬਕ ਉਹਨਾਂ ਦੀ ਥਾਂ ਇੱਕ ਨੌਜਵਾਨ ਪੋਪ ਹੋਵੇਗਾ, ਪਰ ਇੱਕ ਕਮਜ਼ੋਰ ਪੋਪ ਹੋਵੇਗਾ। ਹੁਣ ਇਸ ਦੇ ਨਾਲ ਹੀ ਗੱਲ ਕਰ ਲੈਂਦੇ ਹਾਂ ਭਾਰਤੀ ਸੰਤ ਅਚੁੱਤਿਆਨੰਦ ਦਾਸ ਦੀ ਕੀਤੀਆਂ ਗਈਆਂ ਭਵਿੱਖਬਾਣੀਆਂ ਬਾਰੇ। ਸੰਤ ਅਚੁੱਤਿਆਨੰਦ ਦਾਸ ਦੇ ਮੁਤਾਬਕ ਧਰਤੀ ਤਿੰਨ ਪੜਾਵਾਂ ਵਿੱਚੋਂ ਲੰਘ ਰਹੀ ਹੈ। ਪਹਿਲੇ ਯੁੱਗ ਕਲਯੁੱਗ ਦਾ ਅੰਤ ਹੋਵੇਗਾ, ਦੂਜਾ ਮਹਾਨ ਵਿਨਾਸ਼ ਹੋਵੇਗਾ ਅਤੇ ਤੀਜਾ ਇੱਕ ਨਵਾਂ ਯੁੱਗ ਹੋਵੇਗਾ। ਜਿਸ ਸਮੇਂ ਸ਼ਨੀ ਮੀਨ ਰਾਸ਼ੀ 'ਚ ਪ੍ਰਵੇਸ਼ ਕਰੇਗਾ, ਉਸ ਸਮੇਂ ਭਾਰਤ ਤੋਂ ਸੰਕਟ ਦੂਰ ਹੋ ਜਾਵੇਗਾ। ਆਉਣ ਵਾਲੇ ਸਾਲ 2024 ਦੇ ਵਿੱਚ ਸ਼ਨੀ ਕੁੰਭ ਰਾਸ਼ੀ ਨੂੰ ਛੱਡ ਕੇ ਮੀਨ ਰਾਸ਼ੀ 'ਚ ਦਾਖਲ ਹੋ ਜਾਵੇਗਾ। ਕਿਸਾਨ ਖੇਤੀ ਕਰਨੀ ਛੱਡ ਜਾਣਗੇ, ਜੰਗਲੀ ਜਾਨਵਰ ਸ਼ਹਿਰਾਂ ਅਤੇ ਪਿੰਡਾਂ 'ਤੇ ਹਮਲਾ ਸ਼ੁਰੂ ਕਰ ਦੇਣਗੇ। ਸਾਲ 2024 ਦੇ ਵਿੱਚ ਧਰਤੀ ਦੀ ਧੁਰੀ ਬਦਲ ਜਾਵੇਗੀ, ਜਿਸ ਕਾਰਨ ਇੱਕ ਤੋਂ ਬਾਅਦ ਇੱਕ ਕਈ ਭੂਚਾਲ ਆਉਣਗੇ। ਸੰਤ ਅਚੁੱਤਿਆਨੰਦ ਦਾਸ ਦੇ ਮੁਤਾਬਕ 2025 ਤੋਂ ਬਾਅਦ ਦਾ ਸਮਾਂ ਬਹੁਤ ਬੁਰਾ ਹੋਵੇਗਾ। ਇਸ ਸਮੇਂ ਕੇਵਲ ਉਹੀ ਲੋਕ ਬਚਣਗੇ ਜੋ ਧਰਮ ਅਤੇ ਸੱਚ ਦੇ ਮਾਰਗ 'ਤੇ ਚੱਲਣਗੇ। ਆਸਮਾਨ 'ਚ ਦੋ ਸੂਰਜ ਚੜ੍ਹਦੇ ਦੇਖੇ ਜਾਣਗੇ। ਤਾਂ ਦੱਸ ਦਈਏ ਕਿ ਹਾਲ ਹੀ ਵਿੱਚ ਕੋਲੰਬੀਆ ਦੇ ਇੱਕ ਪਿੰਡ ਵਿੱਚ ਦੋ ਸੂਰਜ ਅਚਾਨਕ ਇਕੱਠੇ ਦਿਖਾਈ ਦਿੱਤੇ ਨੇ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਸਿਧਾਂਤਕਾਰਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਇਹ ਜਾਣਕਾਰੀ ਮਿਲੀ ਸੀ, ਇੱਕ ਸੂਰਜ ਹੋਵੇਗਾ ਅਤੇ ਦੂਜਾ ਇੱਕ ਆਸਮਾਨੀ ਪਿੰਡ ਹੋਵੇਗਾ। ਇਹ ਆਸਮਾਨੀ ਪਿੰਡ ਬੰਗਾਲ ਦੀ ਖਾੜੀ ਵਿੱਚ ਡਿੱਗੇਗਾ।
ਜਿਸ ਨਾਲ ਉੜੀਸਾ ਡੁੱਬ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਸਮੁੰਦਰ ਦਾ ਪੱਧਰ ਵੱਧ ਜਾਵੇਗਾ ਅਤੇ ਪਾਣੀ ਜਗਨਨਾਥ ਮੰਦਿਰ ਦੀ 22 ਪੌੜੀ ਤੱਕ ਪਹੁੰਚ ਜਾਵੇਗਾ। ਇੱਕ ਪਾਸੇ ਕੁਦਰਤੀ ਆਫਤਾਂ ਹੋਣਗੀਆਂ ਅਤੇ ਦੂਜੇ ਪਾਸੇ ਵੱਡੀ ਜੰਗ ਲੱਗ ਜਾਵੇਗੀ। ਜਦੋਂ ਸ਼ਨੀ ਕੁੰਭ ਰਾਸ਼ੀ 'ਚ ਪ੍ਰਵੇਸ਼ ਕਰੇਗਾ ਤਾਂ ਤੀਜਾ ਵਿਸ਼ਵ ਯੁੱਧ ਸ਼ੁਰੂ ਹੋਵੇਗਾ। ਭਵਿੱਖਬਾਣੀ ਦੇ ਮੁਤਾਬਕ ਲੋਕ ਕੀੜਿਆਂ ਮਕੌੜਿਆਂ ਵਾਂਗ ਮਰ ਜਾਣਗੇ ਅਤੇ ਦੁਨੀਆਂ ਦੀ ਆਬਾਦੀ ਯਾਨੀ ਕਿ ਪੂਰੀ ਦੁਨੀਆਂ ਦੀ ਆਬਾਦੀ ਸਿਰਫ 64 ਕਰੋੜ ਰਹਿ ਜਾਵੇਗੀ। ਧਰਤੀ 'ਤੇ ਆਉਣ ਵਾਲੀਆਂ ਕੁਦਰਤੀ ਆਫਤਾਂ ਕਾਰਨ 7 ਦਿਨਾਂ ਤੱਕ ਪੂਰੇ ਕਹਿ ਸਕਦੇ ਹੋ ਵਿਸ਼ਵ ਦੇ ਵਿੱਚ ਹਨੇਰਾ ਛਾਇਆ ਰਹਿਣ ਵਾਲਾ ਹੈ। ਭਵਿੱਖਬਾਣੀ 'ਚ ਵੀ ਕਿਹਾ ਜਾ ਰਿਹਾ ਹੈ ਕਿ ਸਾਰੀਆਂ ਘਟਨਾਵਾਂ 2022 ਤੋਂ 2029 ਦੇ ਦਰਮਿਆਨ ਹੋਣ ਵਾਲੀਆਂ ਨੇ। ਨਿਊਜ਼ ਡੈਸਕ ਤੋਂ ਦਿਸ਼ਾ ਸਿੰਘ ਚੋਪੜਾ ਦੀ ਰਿਪੋਰਟ, ਜਗਬਾਣੀ ਟੀਵੀ।